ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਅੱਜ ਆਪਾਂ ਇੱਕ ਨਵੇਂ ਇੰਪਲੀਮੈਂਟਰ ਦੇ ਬਾਰੇ ਗੱਲ ਕਰਾਂਗੇ, ਜੋ ਕਿ ਹੈਗਾ ਐਗਰੀ ਜ਼ੋਨ ਦਾ ਨਿਮੈਟਿਕ ਪਲਾਂਟਰ। ਨਿਮੈਟਿਕ ਪਲਾਂਟਰ ਦੀ ਜ਼ਿਮੀਦਾਰਾਂ ਨੂੰ ਮਤਲਬ ਆਉਣ ਵਾਲੀ ਨਵੀਂ ਤਕਨੀਕ ਆ, ਜਿਹਦੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਅਤੇ ਓਵਰ ਡਿਮਾਂਡ ਰਹਿੰਦੀ ਆ, ਅਤੇ ਉਹਨਾਂ ਨੂੰ ਜ਼ਿਆਦਾਤਰ ਇਹ ਮਸ਼ੀਨਾਂ ਨਹੀਂ ਮਿਲ ਪਾਉਂਦੀਆਂ। ਪਰ ਅਸੀਂ ਇਹ ਮਸ਼ੀਨ ਕਿਸਾਨਾਂ ਵਾਸਤੇ ਉਪਲਬਧ ਕਰਵਾਤੀ ਅਤੇ ਅਸੀਂ ਇਹ ਡਿਵੈਲਪ ਕਰਤੀ, ਅਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸੂੰਗਾ ਇਹਦੇ ਵਿੱਚ ਕੀ ਖਾਸੀਅਤਾਂ ਨੇ, ਕਿੱਦਾਂ ਇਹ ਵਰਕ ਕਰਦੀ ਆ, ਅਤੇ ਇਹ ਮਸ਼ੀਨ ਦੇ ਤੁਸੀਂ ਕਿਹੜੀ ਕਿਹੜੀ ਫਸਲ ਬੀਜ ਸਕਦੇ ਹੋ। ਸਭ ਤੋਂ ਪਹਿਲਾਂ ਇਹਦੇ ਬਾਰੇ ਮੈਂ ਦੱਸਾਂ, ਇਹਦਾ ਜਿਹੜਾ ਸਟਰਕਚਰ ਆ ਤੁਸੀਂ ਦੇਖ ਰਹੇ ਹੋਗੇ, ਕਾਫੀ ਹੈਵੀ ਸਟਰਕਚਰ ਆ ਜਿਹੜਾ ਬਣਾਇਆ, ਕਿਉਂ ਮਸ਼ੀਨ ਦੇ ਉੱਤੇ ਲੋਡ ਕਾਫੀ ਆਉਂਦਾ, ਵੇਟ ਜ਼ਿਆਦਾ ਹੁੰਦਾ ਅਤੇ ਇਹਨੇ ਚੱਲਣਾ ਵੀ ਕਾਫੀ ਸਪੀਡ ਦੇ ਨਾਲ ਹੁੰਦਾ, ਅਤੇ ਇਹਦਾ ਸਟਰਕਚਰ ਆ ਜਿਹੜਾ ਬਹੁਤ ਹੈਵੀ ਡਿਊਟੀ ਵਧੀਆ ਬਣਾਇਆ ਗਿਆ ਹੈ। ਦੂਸਰੀ ਚੀਜ਼ ਸਭ ਤੋਂ ਕੀ ਆ, ਜਿਹੜਾ ਇਹਦੇ ਵਿੱਚ ਆਹ ਵੈਕਿਊਮ ਲੱਗੇ ਹੋਇਆ, ਮੇਨ ਕੰਮ ਇਹਦਾ ਗਾਣੇ ਜਿਹਨੇ ਚੱਕਣੇ ਨੇ ਅਤੇ ਡਿਸਟੈਂਸ ਦੇ ਉੱਤੇ ਰੱਖਣੇ ਨੇ, ਇਹ ਹੈਗਾ ਇਹਦਾ ਵੈਕਿਊਮ ਸਿਸਟਮ। ਇਹ ਉਹਦਾ ਮੀਟਰ ਲੱਗਿਆ ਹੋਇਆ ਜੀ, ਕਿੰਨਾ ਤੁਸੀਂ ਵੈਕਿਊਮ ਰੱਖਣਾ, ਅਤੇ ਇਹ ਪੀਟੀਓ ਦੇ ਥਰੂ ਸਾਰਾ ਕੰਮ ਕਰਦਾ ਇਹ ਵੈਕਿਊਮ ਸਿਸਟਮ ਸਾਰਾ, ਅਤੇ ਕਿੰਨਾ ਤੁਸੀਂ ਇਹਦਾ